ਅਸ਼ਿਕਾਲ ਕੀ ਹਾਲ ਚਾਲ ਦੋਸਤੋ ਵਧੀਆ ਸਾਰੇ ਜੀ ਦੋਸਤੋ ਇੱਕ ਹੋਰ ਨਵੇਂ ਟ੍ਰਿਪ ਦੀ ਸ਼ੁਰੂਆਤ ਹੋਣ ਵਾਲੀ ਹੈ ਜਿਸ ਤਰ੍ਹਾਂ ਕਿ ਤੁਸੀਂ ਥੰਬਨੇਲ ਦੇਖ ਲਿਆ ਹੈ ਹਾਂਜੀ ਦੋਸਤੋ ਮੈਨੂੰ ਇੱਕ ਹੋਰ ਨਵਾਂ ਵੀਜ਼ਾ ਮਿਲ ਗਿਆ ਹੈ ਸਭ ਤੁਹਾਡੇ ਦੋਸਤਾਂ ਭਰਾਵਾਂ ਦੀਆਂ ਦੁਆਵਾਂ ਨਾਲ ਸੋ ਇਸ ਵੀਜ਼ੇ ਬਾਰੇ ਮੈਂ ਥੋੜ੍ਹੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਾਂਗਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਕਰਨਾ ਮੈਨੂੰ ਬਹੁਤ ਬਹੁਤ ਪਿਆਰ ਦੇਣ ਵਾਸਤੇ ਇੱਜ਼ਤ ਮਾਣ ਸਤਿਕਾਰ ਦੇਣ ਵਾਸਤੇ ਮੇਰੀ ਓਮਾਨ ਸੀਰੀਜ਼ ਨੂੰ ਇੰਨਾ ਪਿਆਰ ਦੇਣ ਵਾਸਤੇ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਦੋਸਤੋ ਓਮਾਨ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ ਦੋਸਤੋ ਓਮਾਨ ਬਹੁਤ ਹੀ ਬਿਊਟੀਫੁਲ ਕੰਟਰੀ ਹੈ ਔਰ ਮੈਨੂੰ ਤਾਂ ਬਹੁਤ ਅੱਛੀ ਲੱਗੀ ਮੇਰਾ ਓਮਾਨ ਦਾ ਜਿਹੜਾ ਟ੍ਰਿਪ ਸੀ ਉਹ 6 ਰਾਤਾਂ ਔਰ 7 ਦਿਨ ਦਾ ਸੀਗਾ ਦੋਸਤੋ ਅਤੇ ਮੈਂ ਓਮਾਨ ਦੇ ਵਿੱਚ ਦੋ ਸਿਟੀਆਂ ਨੂੰ ਐਕਸਪਲੋਰ ਕੀਤਾ ਓਮਾਨ ਦੀ ਮਸਕਟ ਜਿਹੜੀ ਉਹਦੀ ਕੈਪੀਟਲ ਹੈ ਔਰ ਇੱਕ ਹੋਰ ਸਿਟੀ ਹੈਗੀ ਦੋਸਤੋ ਬਹੁਤ ਹੀ ਗ੍ਰੀਨਰੀ ਹੈ ਉੱਥੇ ਬਹੁਤ ਹੀ ਵਧੀਆ ਉੱਥੇ ਜਿਹੜੇ ਹੈਗੀ ਲੋਕੇਸ਼ਨ ਹੈਗੀਆਂ ਨੇ ਉਹਦਾ ਨਾਂ ਹੈ ਸਲਾਲਾ ਅਗਰ ਤੁਸੀਂ ਓਮਾਨ ਜਾ ਰਹੇ ਹੋ ਤਾਂ ਮੈਂ ਤੁਹਾਨੂੰ ਇਹ ਜ਼ਰੂਰ ਕਹਾਂਗਾ ਕਿ ਤੁਸੀਂ ਸਲਾਲਾ ਜ਼ਰੂਰ ਵਿਜ਼ਿਟ ਕਰਿਓ ਬਹੁਤ ਹੀ ਸ਼ਾਨਦਾਰ ਕੰਟਰੀ ਹੈ ਬਹੁਤ ਈਜ਼ੀ ਵੀਜ਼ਾ ਹੈਗਾ ਔਰ ਫਲਾਈਟਸ ਵੀ ਜਿਹੜੀਆਂ ਨੇ ਉਹ ਵੀ ਬਹੁਤ ਨੋਰਮਲ ਰੇਟ ਦੇ ਬਜਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਬਜਟ ਦੇ ਵਿੱਚ ਆ ਜਾਂਦੀਆਂ ਨੇ ਦੋਸਤੋ ਸੋ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ ਕਿ ਬਈ ਵੀਜ਼ਾ ਬਹੁਤ ਈਜ਼ੀ ਹੈਗਾ ਓਮਾਨ ਦਾ ਕੋਈ ਡਾਕੂਮੈਂਟ ਤੁਹਾਡੀ ਫੋਟੋ ਤੁਹਾਡਾ ਪਾਸਪੋਰਟ ਚਾਹੀਦਾ ਹੁੰਦਾ ਦੋ ਸਿਰਫ ਚੀਜ਼ਾਂ ਚਾਹੀਦੀਆਂ ਨੇ ਜਿਹਦੇ ਨਾਲ ਤੁਹਾਨੂੰ ਤੁਹਾਡਾ ਓਮਾਨ ਦਾ 14 ਦਿਨ ਦਾ ਵੀਜ਼ਾ 30 ਦਿਨ ਦਾ ਵੀਜ਼ਾ ਮਿਲ ਸਕਦਾ ਦੋਸਤੋ ਸੋ ਦੋਸਤੋ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆਪਣਾ ਅਗਲਾ ਟ੍ਰਿਪ ਜਿਹੜਾ ਤੁਸੀਂ ਥੰਬਨੇਲ 'ਚ ਤਾਂ ਦੇਖ ਹੀ ਲਿਆ ਦੋਸਤੋ ਮੈਂ ਜਾ ਰਿਹਾ ਬਹਿਰੀਨ ਬਹਿਰੀਨ ਇੱਕ ਹੋਰ ਯੂ ਜੀ ਸੀ ਸੀ ਕੰਟਰੀਆਂ ਦੇ ਵਿੱਚੋਂ ਇੱਕ ਹੈਗੀ ਹੈ ਇਹਨਾਂ ਦੇ ਜੀ ਸੀ ਸੀ ਕੰਟਰੀਆਂ ਦੇ ਵਿੱਚ ਦੋਸਤੋ UAE ਓਮਾਨ ਬਹਿਰੀਨ ਕਤਰ ਸਾਊਦੀ ਕੁਵੈਤ ਇਹ ਸਾਰੀ ਕੰਟਰੀਆਂ ਜਿਹੜੀਆਂ ਨੇ ਜੀ ਸੀ ਸੀ ਦੇ ਵਿੱਚ ਆਉਂਦੀਆਂ ਨੇ ਦੋਸਤੋ ਜਿਵੇਂ ਆਪਣਾ ਸ਼ੈਨਿਗਨ ਹੈਗਾ ਸ਼ੈਨਿਗਨ ਦਾ ਤੁਸੀਂ ਵੀਜ਼ਾ ਲਓ ਅਤੇ ਤੁਸੀਂ 26 ਕੰਟਰੀਆਂ ਘੁੰਮ ਸਕਦੇ ਹੋ ਮਗਰ ਜੀ ਸੀ ਸੀ ਦੇ ਵਿੱਚ ਤੁਹਾਨੂੰ ਸਾਰੀ ਹੀ ਕੰਟਰੀਆਂ ਦਾ ਜਿਹੜਾ ਵੀਜ਼ਾ ਲੈਣਾ ਪਏਗਾ ਅਗਰ ਤੁਹਾਡੇ ਕੋਲ ਰੈਜੀਡੈਂਸੀ ਹੈਗੀ ਹੈ ਅਤੇ ਕਈ ਕੰਟਰੀਆਂ ਤੁਹਾਨੂੰ ਔਨ ਅਰਾਈਵਲ ਵੀਜ਼ਾ ਦੇ ਦਿੰਦੀਆਂ ਨੇ ਅਤੇ ਕਈਆਂ ਦਾ ਤੁਸੀਂ ਈ ਵੀਜ਼ਾ ਈਜ਼ੀਲੀ ਜਿਹੜਾ ਹੈਗਾ ਲੈ ਸਕਦੇ ਹੋ ਦੋਸਤੋ ਮੈਂ ਬਹਿਰੀਨ ਦਾ ਵੀਜ਼ਾ ਜਿਹੜਾ ਭਰਿਆ ਸੀ ਮੈਨੂੰ 1 ਦਿਨ ਦੇ ਵਿੱਚ ਬਹਿਰੀਨ ਦਾ ਵੀਜ਼ਾ ਆ ਗਿਆ ਬਹਿਰੀਨ ਨੇ ਬਹੁਤ ਹੀ ਵਧੀਆ ਜਿਹਾ ਸਿਸਟਮ ਕੀਤਾ ਹੋਇਆ ਦੋਸਤੋ ਅਗਰ ਤੁਸੀਂ ਉਹਦਾ ਈ ਵੀਜ਼ਾ ਲੈਂਦੇ ਹੋ ਅਤੇ ਤੁਹਾਨੂੰ ਡਾਕੂਮੈਂਟ ਜਿਹੜੇ ਨੇ ਮੈਂ ਤੁਹਾਨੂੰ ਦੱਸ ਦੇਣਾ ਕਿ ਤੁਹਾਨੂੰ ਕੀ ਡਾਕੂਮੈਂਟ ਚਾਹੀਦੇ ਨੇ ਪਹਿਲਾਂ ਤੁਹਾਡਾ ਪਾਸਪੋਰਟ ਤੁਹਾਡੀ ਫੋਟੋ ਔਰ ਤੁਹਾਡੀ ਫਲਾਈਟ ਟਿਕਟਸ ਤੁਹਾਡਾ ਹੋਟਲ ਬੁਕਿੰਗ ਔਰ ਤੁਹਾਡੀ ਬੈਂਕ ਸਟੇਟਮੈਂਟ ਮੇਨ ਹੈਗੀ ਹੈ ਦੋਸਤੋ ਤੁਹਾਡੀ ਬੈਂਕ ਸਟੇਟਮੈਂਟ ਜਿਹਦੇ ਵਿੱਚ ਕਰੀਬਨ 1.5 ਲੱਖ ਰੁਪਇਆ ਹੋਣਾ ਚਾਹੀਦਾ ਦੋਸਤੋ ਸੋ ਇਹ ਵੀਜ਼ਾ ਦੀ ਜਾਣਕਾਰੀ ਦਿੱਤੀ ਮੈਂ ਦੋਸਤੋ ਤੁਹਾਨੂੰ ਫਲਾਈਟ ਟਿਕਟ ਓਮਾਨ ਦੇ ਵਾਂਗੂ ਬਹਿਰੀਨ ਦੀ ਵੀ ਡਾਇਰੈਕਟ ਫਲਾਈਟਾਂ ਆਉਂਦੀਆਂ ਨੇ ਔਰ ਬਹੁਤ ਸਸਤੀਆਂ ਫਲਾਈਟਾਂ ਨੇ ਤੁਸੀਂ 20 ਤੋਂ 22 ਹਜ਼ਾਰ ਰੁਪਏ ਦੇ ਵਿੱਚ ਇਹਦੀ ਫਲਾਈਟ ਨੂੰ ਅਪ ਡਾਊਨ ਕਰ ਸਕਦੇ ਹੋ ਸੋ ਫਲਾਈਟ ਹੋ ਗਈਆਂ ਵੀਜ਼ਾ ਹੋ ਗਿਆ ਅਕੋਮੋਡੇਸ਼ਨ ਬਹਿਰੀਨ ਵਾਂਗੂ ਥੋੜ੍ਹਾ ਜਿਹਾ ਮਹਿੰਗਾ ਹੈ ਜਿਹੜੇ ਹੋਟਲ ਵਗੈਰਾ ਨੇ ਕਾਫੀ ਕੋਸਟਲੀ ਹੈਗੇ ਨੇ ਉੱਥੇ ਸੋ ਤੁਸੀਂ ਉੱਥੇ ਜਾ ਮੈਂ ਉੱਥੇ ਜਾ ਕੇ ਤੁਹਾਨੂੰ ਇਹਦੇ ਬਾਰੇ ਵੀ ਸਾਰਾ ਕੁਝ ਦੱਸਾਂਗਾ ਕਿ ਤੁਸੀਂ ਕਿਹੜੇ ਕਿਸ ਤਰ੍ਹਾਂ ਹੋਟਲ ਦੇ ਵਿੱਚ ਰਹਿ ਸਕਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਉੱਥੇ ਜਾ ਕੇ ਅਕੋਮੋਡੇਸ਼ਨ ਜਿਹੜਾ ਹੈਗਾ ਉਹ ਲੈ ਸਕਦੇ ਹੋ ਦੋਸਤੋ ਸੋ ਇੱਕ ਨਵਾਂ ਟ੍ਰਿਪ ਹੋਰ ਸ਼ੁਰੂ ਹੋਣ ਵਾਲਾ ਹੈ ਬਟ ਇਹਦੇ 'ਚ ਥੋੜ੍ਹਾ ਜਿਹਾ ਟਾਈਮ ਲੱਗੇਗਾ ਇਨ ਬਿਟਵੀਨ ਤੁਹਾਡੇ ਨਾਲ ਇਨਫੋਰਮੇਸ਼ਨ ਵਗੈਰਾ ਸਭ ਸ਼ੇਅਰ ਹੁੰਦੀਆਂ ਰਹਿਣਗੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਦੋਸਤੋ ਔਰ ਅੱਗੇ ਤੁਹਾਨੂੰ ਇਹ ਦੱਸਣਾ ਕਿ ਦੋਸਤੋ ਇਸ ਵਾਰੀ ਜਿਹੜਾ ਮੇਰਾ ਟ੍ਰਿਪ ਹੈਗਾ ਉਹ ਮਲਟੀਪਲ ਕੰਟਰੀ ਦਾ ਹੋਣ ਵਾਲਾ ਹੈਗਾ ਜੋ ਸਾਡਾ ਪਲਾਨ ਅਜੇ ਚੱਲ ਰਿਹਾ ਹੈਗਾ ਜੋ ਅਸੀਂ ਸੋਚ ਰਹੇ ਹਾਂ ਇਸ ਵਾਰੀ ਵੀ ਮੇਰੇ ਨਾਲ ਮੇਰਾ ਵੀਰ ਹੈਗਾ ਜਿਹੜਾ ਮੇਰੇ ਨਾਲ ਪਹਿਲਾਂ ਗਿਆ ਸੀਗਾ ਸਨੀ ਪੰਜਾਬ ਤੋਂ ਮਿਸਟਰ ਅਨੇਜਾ ਦੇ ਨਾਂ ਤੋਂ ਉਹਨਾਂ ਦਾ ਚੈਨਲ ਹੈਗਾ ਤੁਸੀਂ ਉਹਨੂੰ ਵੀ ਜਾ ਕੇ ਸਰਚ ਕਰ ਸਕਦੇ ਹੋ ਬਹੁਤ ਹੀ ਵਧੀਆ ਵੀਡੀਓ ਔਰ ਫੋਟੋਗ੍ਰਾਫੀ ਕਰਦੇ ਹੈਗੇ ਨੇ ਉਹ ਹਿੰਦੀ 'ਚ ਵਲੋਗ ਕਰਦੇ ਨੇ ਸੋ ਉਹ ਮੇਰੇ ਨਾਲ ਹੋਣਗੇ ਇਸ ਵਾਰੀ ਫਿਰ ਔਰ ਅਸੀਂ ਬਹਿਰੀਨ ਤੋਂ ਵਾਪਿਸ ਅਸੀਂ ਆਵਾਂਗੇ UAE ਤੁਹਾਨੂੰ UAE ਬਾਰੇ ਵੀ ਦੱਸਾਂਗਾ ਅਸੀਂ ਕਿਸ ਤਰ੍ਹਾਂ ਕਰਨਾ ਉਹ ਸਾਰਾ ਥੋੜ੍ਹਾ ਜਿਹਾ ਅੱਗੇ ਚੱਲ ਕੇ ਹੋਏਗਾ ਔਰ ਇੱਕ ਸਾਡਾ ਪਲਾਨ ਬਣ ਰਿਹਾ ਬਾਕੀ ਅਜ਼ਰਬਾਈਜਾਨ
ਹੈ ਸਾਡਾ ਪਲੈਨ ਹੈ ਅਜ਼ਰਬੈਜਾਨ, ਉਹਨਾਂ ਨੇ ਓਮਾਨ ਵੀ ਜਾਣਾ ਹੈ, ਬਟ ਮੈਂ ਅਜ਼ਰਬੈਜਾਨ ਤੋਂ ਵਾਪਸੀ ਆ ਕੇ ਦੋਸਤੋ ਮੈਂ ਇੰਡੀਆ ਵਾਪਸ ਆ ਜਾਵਾਂਗਾ। ਹਜੇ ਕੁਛ ਕਹਿ ਨਹੀਂ ਸਕਦਾ, ਦੁਬਾਰਾ ਓਮਾਨ ਦੇਖਣ ਦਾ ਦਿਲ ਕੀਤਾ ਅਤੇ ਮੈਂ ਓਮਾਨ ਨੂੰ ਵੀ ਦੁਬਾਰਾ ਐਕਸਪਲੋਰ ਕਰ ਲਵਾਂਗਾ। ਕਾਫੀ ਅੱਛੀ ਜਗ੍ਹਾ ਹੈਗਾ, ਬਹੁਤ ਹੀ ਸੁੰਦਰ ਕੰਟਰੀ ਹੈ ਓਮਾਨ। ਸੋ ਅਗਰ ਕਿਸੇ ਨੇ ਓਮਾਨ ਜਾਂ ਬਹਿਰੀਨ ਬਾਰੇ ਕੋਈ ਗੱਲਬਾਤ ਕਰਨੀ ਹੋਏ ਤਾਂ ਇੰਸਟਾ ਦੀ ਆਈ ਡੀ ਥੱਲੇ ਆ ਰਹੀ ਹੋਏਗੀ ਦੋਸਤੋ, ਤੁਸੀਂ ਇੰਸਟਾ 'ਤੇ ਆਓ ਔਰ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਗਰ ਕਿਸੇ ਨੇ ਮੇਰੇ ਨਾਲ ਜਾਣਾ ਹੋਏ, ਮੋਸਟ ਵੈਲਕਮ, ਐਨੀ ਟਾਈਮ ਮੈਸੇਜ ਮੀ, ਔਰ ਤੁਸੀਂ ਆ ਸਕਦੇ ਹੋ ਮੇਰੇ ਨਾਲ ਘੁੰਮਣ ਵਾਸਤੇ, ਜਾ ਸਕਦੇ ਹੋ, ਆ ਵੀ ਸਕਦੇ ਹੋ ਔਰ ਮੇਰੇ ਨਾਲ ਘੁੰਮਣ ਵੀ ਜਾ ਸਕਦੇ ਹੋ ਦੋਸਤੋ। ਸਭ ਕੁਛ ਤੁਹਾਡਾ ਆਪਣਾ ਹੋਏਗਾ, ਟਿਕਟਾਂ ਤੁਸੀਂ ਕਰਾਉਣੀਆਂ ਨੇ, ਵੀਜ਼ੇ ਤੁਸੀਂ ਕਰਾਉਣੇ ਨੇ। ਮੈਂ ਜਿਹੜਾ ਕੋਈ ਟੂਰ ਪਲਾਨ ਨਹੀਂ ਕਰ ਰਿਹਾ ਹੈਗਾ ਕਿ ਬਈ ਮੈਂ ਇੰਨੇ ਪੈਸੇ ਲੈਣੇ ਨੇ ਕਿ ਤੁਹਾਨੂੰ ਘੁੰਮਾ ਕੇ ਲਿਆਉਣਾ, ਨਹੀਂ, ਟਿਕਟਾਂ ਤੁਸੀਂ ਕਰਾਉਣੀਆਂ ਨੇ, ਵੀਜ਼ੇ ਤੁਸੀਂ ਕਰਾਉਣੇ ਨੇ। ਸੋ ਅਗਰ ਵੈਸੇ ਕਿਸੇ ਨੇ ਮੇਰੇ ਨਾਲ ਜਾਣਾ ਤਾਂ ਮੋਸਟ ਵੈਲਕਮ ਹੈਗਾ। ਸੋ ਮੇਰਾ ਵੀਜ਼ਾ ਆ ਗਿਆ, ਮੈਂ ਤੁਹਾਨੂੰ ਇੱਕ ਵਾਰੀ ਆਪਣਾ ਬਹਿਰੀਨ ਦਾ ਵੀਜ਼ਾ ਦਿਖਾ ਦਿੰਦਾ ਦੋਸਤੋ। ਇਸ ਸਾਈਟ 'ਤੇ ਤੁਸੀਂ ਬਹਿਰੀਨ ਦਾ ਵੀਜ਼ਾ ਦੇਖ ਰਹੇ ਹੋਗੇ, ਬਹੁਤ ਈਜ਼ੀ ਸੀਗਾ, ਵਿਦਇਨ ਅ ਵਨ ਡੇਜ਼। ਸ਼ੁਕਰ ਹੈ ਪਰਮਾਤਮਾ ਦਾ ਕਿ ਜਿਹੜਾ ਵੀ ਮੈਂ ਵੀਜ਼ਾ ਅਪਲਾਈ ਕਰਨਾ, ਮੈਨੂੰ ਤੁਹਾਡੇ ਭਰਾਵਾਂ ਦੀ ਦੁਆਵਾਂ ਨਾਲ ਔਰ ਉੱਪਰ ਵਾਲੇ ਦੀ ਮਰਜ਼ੀ ਨਾਲ ਮੈਨੂੰ ਵੀਜ਼ਾ ਮਿਲ ਜਾਂਦਾ। ਔਰ ਮੈਂ ਕੋਸ਼ਿਸ਼ ਇਹੀ ਕਰ ਰਿਹਾ ਕਿ ਜਿੰਨੇ ਵੀ ਈ ਵੀਜ਼ਾ ਕੰਟਰੀਆਂ ਦਿੰਦੀਆਂ ਨੇ, ਪਹਿਲੇ ਮੈਂ ਉਹਨਾਂ ਨੂੰ ਐਕਸਪਲੋਰ ਕਰ ਲਵਾਂ। ਈਜ਼ੀਲੀ ਮਿਲ ਜਾਂਦੇ ਨੇ ਈ ਵੀਜ਼ੇ, ਮੈਨੂੰ ਸਟਿਕਰ ਵੀਜ਼ੇ ਦੀ ਇੰਨੀ ਲੋੜ ਨਹੀਂ ਹੈ, ਕਿਉਂਕਿ ਸਟੈਂਪਾਂ ਦੇ ਉੱਤੇ ਟਰੈਵਲ ਹਿਸਟਰੀ ਬਣਦੀ ਹੈ, ਸਟਿਕਰ ਵੀਜ਼ਿਆਂ ਦੇ ਉੱਤੇ ਟਰੈਵਲ ਹਿਸਟਰੀ ਨਹੀਂ ਬਣਦੀ, ਇਹ ਮੇਰੀ ਸੋਚਣੀ ਹੈਗੀ ਹੈ। ਸੋ ਬਾਈ ਜੀ, ਅਗਲਾ ਟ੍ਰਿਪ ਬਹੁਤ ਜਲਦੀ ਸਟਾਰਟ ਹੋਣ ਵਾਲਾ ਹੈ, ਅਕਤੂਬਰ ਸਟਾਰਟ ਹੋਇਆ ਅਜੇ, ਔਰ ਮੇਰਾ ਅਗਲਾ ਟ੍ਰਿਪ ਨਵੰਬਰ 'ਚ ਸਟਾਰਟ ਹੋਣਾ। ਇਨ ਬਿਟਵੀਨ ਤੁਹਾਡੇ ਨਾਲ ਕੁਛ ਇਨਫੋਰਮੇਸ਼ਨ, ਕੁਛ ਵੀਜ਼ੇ ਦੀਆਂ ਮੈਂ ਵੀਡੀਓ ਸ਼ੇਅਰ ਕਰਾਂਗਾ। ਬਹਿਰੀਨ ਦਾ ਵੀਜ਼ਾ ਤੁਸੀਂ ਕਿਸ ਤਰ੍ਹਾਂ ਖੁਦ ਬ ਖੁਦ ਲੈ ਸਕਦੇ ਹੋ, ਇਹਦੇ ਵਾਸਤੇ ਵੀ ਮੈਂ ਇੱਕ ਵੀਡੀਓ ਪ੍ਰੋਪਰ ਤਰੀਕੇ ਨਾਲ ਬਣਾਈ ਹੋਈ ਹੈ, ਸਟੈਪ ਬਾਏ ਸਟੈਪ ਦੱਸਿਆ ਦੋਸਤੋ। ਆਈ ਬਟਨ ਇੱਧਰ ਜਾਂ ਇੱਧਰ ਆ ਜਾਏਗਾ, ਤੁਸੀਂ ਉਹਨੂੰ ਵੀ ਜਾ ਕੇ ਚੈੱਕ ਕਰ ਸਕਦੇ ਹੋ, ਖੁਦ ਬ ਖੁਦ ਈ ਵੀਜ਼ਾ ਲੈ ਸਕਦੇ ਹੋ ਦੋਸਤੋ। ਸੋ ਇੰਨੀ ਜੀ ਜਾਣਕਾਰੀ, ਅਗਲਾ ਟ੍ਰਿਪ ਸਟਾਰਟ ਹੋਣ ਵਾਲਾ ਹੈ। ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ, ਮਾਣ ਦਿੰਦੇ ਰਹੋ, ਸਤਿਕਾਰ ਦਿੰਦੇ ਰਹੋ, ਔਰ ਮੈਂ ਤੁਹਾਨੂੰ ਇਸ ਤਰ੍ਹਾਂ ਇਨਫੋਰਮੇਸ਼ਨ ਐਗਜੈਕਟ, ਕਲੀਅਰ ਔਰ ਸਾਫ ਸੁਥਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ। ਸੋ ਸਤਿ ਸ਼੍ਰੀ ਅਕਾਲ, ਮਿਲਦੇ ਹਾਂ, ਰੱਬ ਰੱਖਾ, ਸ਼ਬਾ ਖੈਰ।